ਹਾਂਜੀ, ਕੀ ਨਾਮ ਤੁਹਾਡਾ? ਮੇਰਾ ਨਾਮ ਬਲਵੀਰ ਸਿੰਘ ਢਿੱਲੋਂ। ਅਸੀਂ ਇੱਥੇ ਆਏ, ਦੇਖੋ ਮੈਂ ਉੱਥੋਂ ਐਕਸ ਕੌਂਸਲਰ ਹਾਂ, ਰਾਮਾ ਮੰਡੀ ਸਾਈਡ ਤੋਂ, ਜਿਹੜਾ ਮੇਰਾ ਏਰੀਆ। ਔਰ ਉਸ ਸੰਬੰਧ ਵਿੱਚ ਆਪਣੇ ਜਿਹੜੀ ਮੇਰੀ ਪਬਲਿਕ ਆ ਉੱਥੇ ਦੀ, ਉਹਨਾਂ ਦੀਆਂ ਜਿਹੜੀਆਂ ਮੁੱਢਲੀਆਂ ਸਮੱਸਿਆਵਾਂ ਆ ਉਹਨਾਂ ਨੂੰ ਲੈ ਕੇ ਆਇਆ ਸੀ। ਖਾਸ ਕਰਕੇ ਕਾਰਪੋਰੇਸ਼ਨ ਨਾਲ ਰਿਲੇਟਿਡ ਸੀ, ਕੋਈ ਸੀਵਰੇਜ ਦੀ, ਗੰਦੇ ਪਾਣੀ ਦੀ, ਪੀਣ ਵਾਲੇ ਦੀ, ਸੜਕਾਂ ਦੀ, ਔਰ ਇੱਕ ਜਿਹੜੀ ਸਭ ਤੋਂ ਵੱਡੀ ਗੱਲ ਸੀ ਬਿਜਲੀ ਡਿਪਾਰਟਮੈਂਟ ਨਾਲ, ਬਿਜਲੀ ਬੋਰਡ ਦੇ ਨਾਲ ਸੀ ਕਿ ਸਾਡੇ ਜੇ ਕਈ ਮਹੱਲੇ ਨੇ ਉੱਥੇ ਲਾਈਟ ਬਹੁਤ ਵੋਲਟੇਜ ਬਹੁਤ ਘੱਟ ਆਉਂਦੀ ਆ, ਜਾਂ ਰਾਤ ਨੂੰ ਲਾਈਟ ਚਲੇ ਜਾਂਦੀ ਆ, ਠੀਕ ਨਹੀਂ ਹੋ ਪਾਉਂਦੀ, ਉਹ ਸਾਰੀਆਂ ਸਮੱਸਿਆਵਾਂ ਲੈ ਕੇ ਆਏ ਸੀ। ਔਰ ਸੀਐਮ ਸਾਹਿਬ ਨੇ ਨਾਲ, ਡੀਸੀ ਸਾਹਿਬ ਸੀ, ਬੜੇ ਧਿਆਨ ਨਾਲ ਗੱਲ ਉਹਨਾਂ ਨੇ ਸੁਣੀ ਆ, ਰਿਟਰਨ 'ਚ ਅਸੀਂ ਸਾਰੀ ਐਪਲੀਕੇਸ਼ਨ ਦਿੱਤੀ ਆ, ਔਰ ਉਹਨਾਂ ਨੇ ਇਹ ਯਕੀਨ ਦਵਾਇਆ ਕਿ ਬਹੁਤ ਥੋੜ੍ਹੇ ਦਿਨਾਂ ਦੇ ਵਿੱਚ, ਕਿ ਮੈਂ ਚੀਫ ਜਿਹੜੇ ਬਿਜਲੀ ਬੋਰਡ ਦੇ ਨੇ ਉਹਨਾਂ ਨੂੰ, ਔਰ ਕਮਿਸ਼ਨਰ ਸਾਹਿਬ, ਕਾਰਪੋਰੇਸ਼ਨ ਵੀ ਨਾਲ ਸੀ, ਇਹਨਾਂ ਦਾ ਹੱਲ ਅਸੀਂ ਜਲਦੀ ਕਰਵਾ ਦਿਆਂਗੇ। ਕਿਸ ਤਰ੍ਹਾਂ ਦੇਖਦੇ ਪਏ ਕਿ ਸੀਐਮ ਸਾਹਿਬ ਨੇ ਬਾਈ ਇਲੈਕਸ਼ਨ ਵਿੱਚ ਉਦੋਂ ਵਾਅਦਾ ਕੀਤਾ ਸੀ ਅਤੇ ਹੁਣ ਆ ਵੀ ਗਏ ਜਲੰਧਰ 'ਚ, ਖਾਸ ਕਰ ਦੁਆਬੇ ਅਤੇ ਮਾਝੇ ਵਾਲੇ ਲੋਕਾਂ ਵਾਸਤੇ ਕਾਫੀ ਚੰਗੀ ਗੱਲ ਹੈਗੀ, ਕਿੱਦਾਂ ਦੇਖ? ਬਿਲਕੁਲ ਜੀ, ਅਸੀਂ ਤਾਂ ਆਪ ਸੋਚ ਰਹੇ ਸੀ ਬਹੁਤ ਵਧੀਆ ਗੱਲ ਆ ਸਾਡੇ ਲਈ, ਖਾਸ ਕਰ ਜਲੰਧਰ ਲਈ, ਔਰ ਜਿੰਨੇ ਸਾਡੇ ਨਾਲ ਹੁਸ਼ਿਆਰਪੁਰ ਹੋ ਗਿਆ, ਗੁਰਦਾਸਪੁਰ, ਅੰਮ੍ਰਿਤਸਰ, ਸਾਰੇ ਕਪੂਰਥਲਾ ਇੱਥੇ ਆ ਕੇ ਸੀਐਮ ਸਾਹਿਬ ਨੂੰ ਮਿਲ ਸਕਦੇ ਆ, ਚੰਡੀਗੜ੍ਹ ਨਹੀਂ ਜਾ ਸਕਦੇ, ਔਰ ਅਫਸਰਾਂ 'ਤੇ ਇੱਕ ਕਿਸਮ ਨਾਲ ਕਹਿ ਲਓ ਵੀ ਪੰਜਾਬੀ 'ਚ ਕਹਿੰਦੇ ਦਬਾਅ ਰਹੇਗਾ, ਕੰਮ ਕਰਨਗੇ। ਪਬਲਿਕ ਨੂੰ ਕੀ ਚਾਹੀਦਾ ਔਰ ਸਾਨੂੰ ਕੀ ਚਾਹੀਦਾ? ਕੰਮ ਹੋਵੇ, ਪਬਲਿਕ ਖੁਸ਼ ਹੋਵੇ, ਅਸੀਂ ਖੁਸ਼ ਹਾਂ। ਹਾਂਜੀ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਵਿੱਕੀ ਤੁਲਸੀ ਜੀ, ਰਾਮਾ ਮੰਡੀ ਤੋਂ। ਵਿੱਕੀ ਜੀ, ਤੁਸੀਂ ਸੀਐਮ ਸਾਹਿਬ ਦੇ ਦਰਬਾਰ ਆਏ ਹੋ, ਕੀ ਸਮੱਸਿਆ ਸੀਗੀ ਅਤੇ ਕੀ ਉਹਨਾਂ ਨਾਲ ਆਸ਼ਵਾਸਨ ਮਿਲਿਆ? ਸਮੱਸਿਆ ਸਾਡੇ ਵਾਰਡ ਦੀਆਂ ਸੀਗੀਆਂ ਬਿਜਲੀ ਨੂੰ ਲੈ ਕੇ, ਔਰ ਕੁਛ ਜਦੋਂ ਕਾਂਗਰਸ ਸਰਕਾਰ ਸੀਗੀ ਔਰ ਉਹਨਾਂ ਨੇ ਕੁਝ ਸੜਕਾਂ ਦੇ ਵਿੱਚ ਘਪਲੇ ਕੀਤੇ ਸੀ, ਜਿੱਦਾਂ ਪਾਸ ਕੀਤੀਆਂ ਸੀਗੀਆਂ, 20-20 ਫੁੱਟ ਦੀਆਂ ਰੋਡ ਸਾਡੇ ਪਾਸ ਹੋਈਆਂ ਸੀ ਔਰ ਉਹ ਅੱਧੀਆਂ ਸੜਕਾਂ ਬਣਾਈਆਂ, 8-8 ਫੁੱਟ ਦੀਆਂ ਸੜਕਾਂ ਜਿਹੜੇ ਛੋਟੀਆਂ ਬਣਾਈਆਂ ਸੀ, ਉਹਨਾਂ ਦੇ ਮਸਲੇ ਨੂੰ ਲੈ ਕੇ ਔਰ ਗੰਦੇ ਪਾਣੀ ਨੂੰ ਲੈ ਕੇ, ਸੀਵਰੇਜ ਨੂੰ ਲੈ ਕੇ ਸਮੱਸਿਆਵਾਂ ਸੀਗੀਆਂ, ਉਹ ਅਸੀਂ ਦੱਸਣ ਆਏ ਸੀ ਸਰ ਨੂੰ। ਉਹਨਾਂ ਸਾਨੂੰ ਪੂਰਾ ਆਸ਼ਵਾਸਨ ਦਿੱਤਾ ਹੈਗਾ ਆ ਔਰ ਜਲਦ ਤੋਂ ਜਲਦ ਠੀਕ ਹੋਊਗਾ। ਉਪਰਾਲੇ ਨੂੰ ਕਿਸ ਤਰ੍ਹਾਂ ਦੇਖਦੇ ਸੀਐਮ ਸਾਹਿਬ ਦੇ, ਕਿਉਂਕਿ ਕੁਛ ਸਮੇਂ ਪਹਿਲਾਂ ਹੀ ਵਾਅਦਾ ਕੀਤਾ ਸੀ ਅਤੇ ਅੱਜ ਇੱਥੇ ਪਹੁੰਚ ਵੀ ਗਏ ਲੋਕਾਂ ਦੇ? ਦੇਖੋ, ਜੋ ਮਾਨ ਸਰਕਾਰ ਕਰ ਰਹੀ ਆ, ਅਸੀਂ ਵੀ ਇੰਨੀ ਉਮਰ ਹੋ ਗਈ ਆ ਵੀ ਅੱਜ ਤੱਕ ਕਦੀ ਵੀ ਕਿਸੇ ਸੀਐਮ ਨੂੰ ਇੱਦਾਂ ਮਿਲਦੇ ਹੋਏ ਨਹੀਂ ਦੇਖਿਆ ਹੈਗਾ, ਔਰ ਜੋ ਉਹਨਾਂ ਦਾ ਉਪਰਾਲਾ ਹੈਗਾ ਆ ਇਹ ਕਿ ਜਨਤਾ ਦਰਬਾਰ ਲਾ ਕੇ ਡਾਇਰੈਕਟ ਜਨਤਾ ਦੀ, ਆਮ ਲੋਕਾਂ ਦੀ ਗੱਲ ਸੁਣਦੇ ਆ ਔਰ ਉਹਨਾਂ ਦਾ ਔਨ ਦਾ ਸਪੋਰਟ, ਉਹਨਾਂ ਦਾ ਜਿਹੜਾ ਹੈਗਾ ਮਸਲੇ ਹੱਲ ਹੋ ਰਹੇ ਆ ਜੀ। ਹਾਂਜੀ ਮੈਡਮ, ਕੀ ਨਾਮ? ਮੇਰਾ ਨਾਮ ਕਮਲਜੀਤ ਕੌਰ ਆ। ਮੈਡਮ, ਮੈਂ ਸੀਐਮ ਦੇ ਦਰਬਾਰ ਆਏ ਹੈਗੇ, ਜਨਤਾ ਦਰਬਾਰ, ਕੀ ਸਮੱਸਿਆ ਸੀਗੀ ਤਾਂ ਕੀ ਉਹਨਾਂ ਨੂੰ ਆਸ਼ਵਾਸਨ ਮਿਲਿਆ? ਦੇਖੋ, ਸਾਡੇ ਕੋਵਿਡ ਦੇ ਵਿੱਚ ਜਿਹੜੇ ਮੰਨ ਲਓ ਡਾਕਟਰ, ਲੇਡੀਜ਼, ਜੈਂਟਸ ਸੀਗੇ, ਕੋਵਿਡ ਵਾਲਿਆਂ ਨੂੰ ਤੁਹਾਨੂੰ ਪਤਾ ਹੋਊਗਾ ਅੱਜ ਤੱਕ ਪੱਕੇ ਨਹੀਂ ਕੀਤਾ ਗਿਆ, ਅਤੇ ਮੰਨ ਲਓ ਜੇ ਅਸੀਂ ਘਰ ਘਰ ਵੋਟਾਂ ਮੰਗਣ ਜਾਂਦੇ ਹਾਂ ਤਾਂ ਅਸੀਂ ਉਹਨਾਂ ਨੂੰ ਵਿਸ਼ਵਾਸ ਵੀ ਦਵਾਉਂਦੇ ਹਾਂ ਜੀ ਜ਼ਰੂਰ ਤੁਹਾਡਾ ਕੰਮ ਹੋਊਗਾ। ਅਤੇ ਉਹਨਾਂ ਨੇ ਸਾਡੇ ਨਾਲ 2-4 ਦਿਨ ਪਹਿਲਾਂ ਗੱਲ ਕੀਤੀ ਸੀ ਅਤੇ ਅਸੀਂ ਆਪਣੀ ਉਹ ਪੂਰੀ ਟੀਮ ਨੂੰ ਲੈ ਕੇ ਸੀਐਮ ਸਾਹਿਬ ਨੂੰ ਅੱਜ ਮਿਲਾਉਣ ਵਾਸਤੇ ਆਏ, ਅਤੇ ਸੀਐਮ ਸਾਹਿਬ ਨੇ ਉਹਨਾਂ ਦੀ ਗੱਲ ਵੀ ਸੁਣੀ ਆ ਅਤੇ ਉਹਨਾਂ ਨੇ ਬਹੁਤ ਅੱਛਾ ਅੱਗੇ ਸੁਝਾਓ ਵੀ ਦਿੱਤਾ, ਅਤੇ ਉਹਨਾਂ ਨੇ ਇਹ ਵੀ ਗੱਲ ਕਹੀ ਆ ਜੀ ਅਸੀਂ ਕੱਲ੍ਹ ਹੀ ਫਾਈਲੇ ਸਾਈਨ ਕੀਤੀ ਆ ਅਤੇ ਇੱਕ ਤੁਹਾਡਾ ਟੈਸਟ ਹੋਊਗਾ ਅਤੇ ਉਹਨੂੰ ਕਲੀਅਰ ਕਰਨਾ ਅਤੇ ਅਸੀਂ ਅੱਗੇ ਜੋ ਪ੍ਰੋਸੈਸ ਹੋਇਆ ਉਹ ਕਰਨਗੇ। ਕਿਸ ਤਰ੍ਹਾਂ ਦੇਖਦੇ ਹੋ ਕਾਰਗੁਜ਼ਾਰੀ ਨੂੰ, ਕਿਉਂਕਿ ਹਾਲ ਹੀ 'ਚ ਸੀਐਮ ਸਾਹਿਬ ਜਦੋਂ ਵੈਸਟ ਵਿੱਚ ਚੋਣਾਂ ਹੋਈਆਂ ਉਸ ਦੌਰਾਨ ਵਾਅਦਾ ਕੀਤਾ ਸੀ ਜਲੰਧਰ ਦੇ ਲੋਕਾਂ ਨੇ, ਖਾਸ ਕਰ ਦੁਆਬਾ ਮਾਝੇ ਦੇ ਲੋਕਾਂ ਨੂੰ, ਅਤੇ ਕਿੱਦਾਂ ਦੇਖਦੇ ਕਿ ਹੁਣ ਸੀਐਮ ਸਾਹਿਬ ਆ ਕੇ ਬੈਠ ਚੁੱਕੇ? ਦੇਖੋ ਜੀ, ਸੀਐਮ ਦਾ
ਬੈਠਣਾ, ਲੋਕਾਂ ਚ ਵਿਚਰਨਾ ਤੇ ਲੋਕਾਂ ਨੂੰ ਮਿਲਣਾ ਤੇ ਲੋਕਾਂ ਦੀ ਗੱਲਬਾਤ ਸੁਣਨੀ। ਅਸੀਂ ਮੰਨ ਲਓ ਇੰਨੀ ਦੇਰ ਤੋਂ ਅੱਗੇ ਸਰਕਾਰਾਂ ਬਣਾਉਂਦੇ ਆ ਰਹੇ ਸੀ, ਪਰ ਅਸੀਂ ਕਦੀ MLA ਸਾਹਿਬ ਨੂੰ ਨਹੀਂ ਸੀ ਮਿਲੇ ਤੇ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਅਸੀਂ CM ਨੂੰ ਵੀ ਖੁਦ ਕੋਲ ਖੜ ਕੇ ਮਿਲ ਕੇ ਆਪਣੀ ਗੱਲਬਾਤ ਰੱਖ ਕੇ ਉਹਨਾਂ ਦੇ ਅੱਗੇ ਤੇ ਉਹਨਾਂ ਨੇ ਹੀ ਸਾਨੂੰ ਵਿਸ਼ਵਾਸ ਦਵਾਇਆ ਹੋਇਆ। ਪਹਿਲੀ ਵਾਰੀ ਹੈ ਐਕਸਪੀਰੀਅੰਸ ਹੈ ਕਿ ਖੁਦ CM ਸਾਹਿਬ ਬੈਠ ਕੇ ਖੁਦ ਲੋਕਾਂ ਦੀ ਸਮੱਸਿਆ ਸੁਣਦੇ ਪਏ? ਜੀ ਦੇਖੋ, ਮੈਂ ਆਮ ਆਦਮੀ ਪਾਰਟੀ ਦੀ ਪਹਿਲਾਂ ਤਾਂ ਆਮ ਵਲੰਟੀਅਰ ਸੀ, 2012 ਦੇ ਵਿੱਚ ਜੁਆਇਨਿੰਗ ਕੀਤੀ ਸੀ। ਮੈਂ ਕਾਫੀ ਉਤਰਾਅ ਚੜਾ ਮੰਨ ਲਓ ਦੇਖੇ, ਕਾਫੀ ਪ੍ਰਚਾਰ ਵੀ ਕੀਤਾ। ਮੰਨ ਲਓ ਮੈਂ ਤਕਰੀਬਨ ਮੰਨ ਲਓ ਸਮਝ ਲਓ MLA ਦੇ ਇਲੈਕਸ਼ਨ, MP ਦੇ ਇਲੈਕਸ਼ਨ ਜਾਂ ਕੋਈ ਵੀ ਇਲੈਕਸ਼ਨ, ਅਸੀਂ ਵੱਧ ਚੜ ਕੇ ਮੇਰੀਆਂ ਭੈਣਾਂ ਨੇ ਸਾਥ ਵੀ ਦਿੱਤਾ ਔਰ ਮੇਰੇ ਨਾਲ ਡੋਰ ਟੂ ਡੋਰ ਪ੍ਰਚਾਰ ਵੀ ਕੀਤਾ। ਠੀਕ ਹੈ, ਉਸ ਤੋਂ ਬਾਅਦ ਸਾਨੂੰ ਜਿੱਥੇ ਸਾਡੀ ਡਿਊਟੀ ਲੱਗਦੀ ਰਹੀ ਅਸੀਂ ਉੱਥੇ ਜਾਂਦੇ ਰਹੇ, ਆਪਣੀਆਂ ਡਿਊਟੀਆਂ ਨਿਭਾਉਂਦੇ ਰਹੇ ਤੇ ਪਰ ਸਾਨੂੰ ਵਿਸ਼ਵਾਸ ਸੀ ਕਿ ਆਮ ਆਦਮੀ ਪਾਰਟੀ ਦੇ ਸਾਡੇ CM ਸਾਹਿਬ ਭਗਵੰਤ ਮਾਨ ਜੀ ਜੇ ਬਣਨਗੇ ਤੇ ਸ਼ਾਇਦ ਲੋਕਾਂ ਦੇ ਵਿੱਚ ਵਿਚਰਨਗੇ। ਪਰ ਸਿਸਟਮ ਦੀ ਜੇ ਗੱਲ ਕਰ ਲਈ ਆਪਾਂ, ਹੌਲੀ 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 ਸਿਸਟਮ ਠੀਕ ਹੁੰਦਾ, ਇਕਦਮ ਨਹੀਂ ਠੀਕ ਹੁੰਦਾ ਹੈਗਾ। ਦੇਖੋ CM ਬਣਿਆ ਨੂੰ 2.5 ਸਾਲ ਤੋਂ ਉੱਪਰ ਹੋਇਆ, ਥੋੜਾ ਜਿਹਾ ਦੇਖੋ ਪਿੱਛੇ ਅਜੇ ਸਮਾਂ ਪਿਆ ਆ। ਦੇਖੋ CM ਸਾਹਿਬ ਨੇ ਪਹਿਲੀ ਗਰੰਟੀ ਜਿਹੜੀ ਸੀ 600 ਯੂਨਿਟ ਦਿੱਤੀ ਹੋਈ ਆ। ਤਕਰੀਬਨ ਇਹਨਾਂ ਨੇ ਮਤਭੇਦ ਨਹੀਂ ਕੀਤਾ ਜਾਂ ਜਾਤ ਪਾਤ ਨਹੀਂ ਕੀਤਾ, ਇਹਨਾਂ ਨੇ CM ਸਾਹਿਬ ਨੇ ਟੋਟਲ ਹੀ ਲੋਕਾਂ ਨੂੰ 600 ਯੂਨਿਟ ਮਾਫ ਦਿੱਤੀ ਆ ਤੇ ਔਰ ਲੋਕ ਇਸ ਚੀਜ਼ ਦੇ ਵਿਚ ਵੀ ਖੁਸ਼ ਆ। ਦੂਸਰੀ ਚੀਜ਼ ਉਹਨਾਂ ਨੇ ਦਿੱਤੀ ਸੀ ਮਹੱਲਾ ਕਲੀਨਿਕ ਦਾ। ਦੇਖੋ ਮਹੱਲਾ ਕਲੀਨਿਕ ਚ ਮੈਂ ਵੀ ਖੁਦ ਗਈ, ਮੈਂ ਇੱਕ ਪੇਸ਼ੈਂਟ ਦੇ ਤੌਰ ਤੇ ਗਈ ਸੀ ਉਹਨਾਂ ਦੇ ਕੋਲੇ, ਮੈਂ ਗੱਲਬਾਤ ਕੀਤੀ ਕਰਕੇ ਆਪਣੀ ਮੈਡੀਸਨ ਲਿੱਤੀ। ਉਹਨਾਂ ਨੇ ਇੱਥੋਂ ਫਿਰ ਗੱਲਬਾਤ ਕਰਨ ਤੋਂ ਪੁੱਛਿਆ ਵੀ ਮੈਮ ਤੁਸੀਂ ਕੀ ਹੋ, ਸਾਨੂੰ ਦੱਸੋ ਕੁਛ ਲੱਗ ਰਿਹਾ। ਫਿਰ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਆਮ ਆਦਮੀ ਪਾਰਟੀ ਦੀ ਸਟੇਟ ਜੁਆਇੰਟ ਸੈਕਟਰੀ ਹਾਂ। ਬੜਾ ਉਹਨਾਂ ਨੇ ਰਿਸਪੈਕਟ ਦਿੱਤੀ ਔਰ CM ਸਾਹਿਬ ਦੇ ਬੜੇ ਗੁਣ ਗਾਏ ਉਹਨਾਂ ਨੇ। CM ਨੂੰ ਮਿਲੇ ਕੀ ਕੁਛ, ਤੁਹਾਡੀ ਡਿਮਾਂਡ ਸੀ ਔਰ ਕੀ ਕੁਛ ਰਿਹਾ? ਅੱਜ ਅਸੀਂ CM ਸਾਹਿਬ ਨੂੰ ਮਿਲੇ, ਸਾਨੂੰ ਬਹੁਤ ਵਧੀਆ ਲੱਗਿਆ, ਸਾਡੀ ਬੜੀ ਧਿਆਨ ਨਾਲ ਗੱਲ ਸੁਣੀ ਹੈ। ਅਸੀਂ ਜੋ ਬਾਬਾ ਫਰੀਦ ਯੂਨੀਵਰਸਿਟੀ ਚ ਅੰਡਰ GGS ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਆਉਂਦਾ, ਅਸੀਂ ਉਸ ਚ ਨਰਸਿੰਗ ਸਟਾਫ ਦੇ ਬਤੌਰ ਕੰਮ ਕਰ ਰਹੇ ਹਾਂ। ਇਸ ਦੇ ਵਿੱਚ ਸਾਨੂੰ ਪਹਿਲਾਂ ਪੁਰਾਣੀਆਂ ਸਰਕਾਰਾਂ ਨੇ ਰਿਲੀਵ ਕਰਤਾ ਸੀ, ਫਿਰ ਅਸੀਂ ਜੁਆਇਨਿੰਗ ਕੀਤੀ, ਪਰ ਉਸ ਸਮੇਂ ਸਾਡੇ ਕੋਲ CM ਸਾਹਿਬ ਭਗਵੰਤ ਮਾਨ ਸਾਹਿਬ ਪਹੁੰਚਦੇ ਹੁੰਦੇ ਸੀ ਤੇ ਇਹਨਾਂ ਨੇ ਸਾਨੂੰ ਉਦੋਂ ਵੀ ਵਿਸ਼ਵਾਸ ਦਵਾਇਆ ਸੀ ਕਿ ਅਸੀਂ ਤੁਹਾਨੂੰ ਸਾਡੀ ਸਰਕਾਰ ਆਉਣ ਤੇ ਪੱਕਾ ਕਰਾਂਗੇ ਤੇ ਵਧੀਆ ਪੇ ਸਕੇਲ ਦਵਾਵਾਂਗੇ। ਅੱਜ ਅਸੀਂ ਫਿਰ ਮਿਲੇ ਹਾਂ ਇਹਨਾਂ ਨੂੰ, ਅੱਜ ਵੀ ਸਾਨੂੰ ਇਹਨਾਂ ਨੇ ਕਿਹਾ ਕਿ ਅਗਲੇ ਹੀ ਮਹੀਨਿਆਂ ਵਿੱਚ ਕੁਝ ਪੋਸਟਾਂ ਕੱਢ ਰਹੇ ਹਾਂ, 1800 ਕੁਝ ਪੋਸਟਾਂ, ਉਹਦੇ ਵਿੱਚ ਅਸੀਂ ਤੁਹਾਨੂੰ ਪਹਿਲ ਦੇ ਆਧਾਰ ਤੇ ਰੈਗੂਲਰ ਕਰਾਵਾਂਗੇ।